ਟਾਈਟੈਨਿਕ ਜਹਾਜ਼ ਦੇ ਮਲਵੇ ਨੂੰ ਦੇਖਣ ਗਈ ਜਿਹੜੀ ਟਾਈਟਨ ਪੰਡੂਪੀ ਜਿਹੜੀ ਕਿ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਉਹਦਾ ਜਿਹੜਾ ਆ ਮਲਬਾ 6 ਦਿਨਾਂ ਤੋਂ ਬਾਅਦ ਜਿਹੜਾ ਉਹ ਮਹਾਸਾਗਰ ਚੋਂ ਜੜਾ ਕੱਢਿਆ ਗਿਆ ਟੁਕੜੇ ਜਿਹੜੇ ਕਹੇ ਜਾ ਰਹੇ ਆ ਕਿ ਮਾਨਵ ਜਿਹੜੇ ਇਨਸਾਨ ਦੀ ਜਿਹੜੀ ਬਾਡੀ ਦੇ ਉਹ ਮਿਲੇ ਆ ਤੇ ਪੰਜ ਲੋਕ ਜਿਹੜੇ ਉਹ ਦੇਖਣ ਗਏ ਸੀ ਟਾਈਟੈਨਿਕ ਤੇ ਟਾਈਟੈਨਿਕ ਜਹਾਜ਼ ਦੇ ਮਲਵੇ ਨੂੰ ਜਿਹੜੀ ਦਿਖਾਨ ਇਹ ਟਾਈਟਨ ਸਮਰਿਨ ਦਾ ਮਲਬਾ ਹੋਣ 6 ਦਿਨ ਵਧਵਾ ਨੂੰ ਜਿਹੜਾ ਉਹ ਮਿਲ ਗਿਆ 6 ਦਿਨ ਬਾਅਦ ਆਇਆ ਇਹਨੂੰ ਕਈ ਟੁਕੜਿਆਂ ਦੇ ਵਿੱਚ ਕੈਨੇਡਾ ਦੇ ਸੈਂਟ ਜohn ਪੋਰਟ ਦੇ ਵਿੱਚ ਲਿਆਇਆ ਗਿਆ ਤੇ 18 ਜੂਨ ਨੂੰ ਇਹ ਸਮਰਿਨ ਅਟਲਾਂਟਿਕ ਮਹਾਸਾਗਰ ਦੇ ਵਿੱਚ 12000 ਫੁੱਟ ਨੀਚੇ ਗਈ ਸੀ ਉਸ ਤੋਂ ਬਾਅਦ ਲਾਪਤਾ ਹੋ ਗਈ ਸੀ 4 ਦਿਨ ਬਾਅਦ 2 ਜੂਨ ਨੂੰ ਇਹਦਾ ਮਲਬਾ ਜਿਹੜਾ ਉਹ ਟਾਈਟੈਨਿਕ ਜਹਾਜ਼ ਤੋਂ 1600 ਮੀਟਰ ਦੂਰ ਜਿਹੜਾ ਮਿਲਿਆ ਸੀਗਾ ਇਹਦੇ ਵਿੱਚ 4 ਟੂਰਿਸਟ ਤੇ ਇੱਕ ਪਾਇਲਟ ਸਵਾਰ ਸੀਗੇ ਜਾਂਚ ਤੋਂ ਬਾਅਦ ਜਿਹੜੇ ਵਿਸ਼ੇਸ਼ਕ ਗਿਆ ਉਹਨਾਂ ਦੇ ਜਿਹੜਾ ਅਨੁਮਾਨ ਲਗਾਇਆ ਆ ਕਿ ਇਹ ਹਾਦਸਾ ਵਿਸਫੋਟ ਦੀ ਵਜ੍ਹਾ ਨਾਲ ਹੋ ਸਕਦਾ ਹੈ ਨਿਊਜ਼ ਏਜੰਸੀ ਏਪੀ ਦੇ ਮੁਤਾਬਕ ਯੂਐਸ ਕੋਸਟਗਾਰਡ ਦੇ ਅਧਿਕਾਰੀ ਨੇ ਸਮਮਰੀ ਸਮਮਰੀ ਇੰਦੇ ਵਿੱਚ ਮਲਵੇ ਸਮਮਰੀ ਨਜਣਾ ਮਲਵਾ ਆ ਉਹਦੇ ਵਿੱਚ ਮਾਨਵ ਵਿਸ਼ੇਸ਼ ਮਿਲਣ ਦੀ ਗੱਲ ਕਹੀ ਆ ਇਹ ਜਿਹੜੇ ਵਿਸ਼ੇਸ਼ ਇਹਨਾਂ ਨੂੰ ਮੈਡੀਕਲ ਟੀਮ ਦੇ ਕੋਲ ਜਿਹੜਾ ਜਾਂਚ ਕਰਨ ਦੇ ਲਈ ਭੇਜਿਆ ਗਿਆ ਆ ਬੀਬੀਸੀ ਦੇ ਮੁਤਾਬਕ ਪੰਡੂਬੀ ਦੇ ਮਲਵੇ ਦੇ ਵਿੱਚ ਲੈਂਡਿੰਗ ਫਰੇਮ ਰੀਅਰ ਕਵਰ ਦੇ ਨਾਲ ਨਾਲ ਪੰਜ ਹਿੱਸੇ ਬਰਾਮਦ ਕੀਤੇ ਗਏ ਆ ਕੋਸਟ ਗਾਰਡ ਨੇ ਦੱਸਿਆ ਕਿ ਪੰਡੂਬੀ ਦਾ ਕਾਫੀ ਸਾਰਾ ਮਲਵਾ ਜਿਹੜਾ ਉਹ ਡਾਇਨਾਮਿਕ ਜਹਾਜ਼ ਦੇ ਕੋਲ ਆ ਤੈਨੂੰ ਜਲਦ ਜਿਹੜੀ ਉਹ ਕੱਢਣ ਦੀ ਕੋਸ਼ਿਸ਼ ਕੀਤੀ ਜਾਏਗੀ ਪੰਡੂਬੀ ਦੇ ਮਲਵੇ ਦੀ ਫੋਰੈਂਸਿਕ ਜਾਂਚ ਕਰਨ ਤੇ ਜਿਹੜਾ ਇਹ ਪਤਾ ਲਗਾਇਆ ਜਾਏਗਾ ਕੋਸ਼ਿਸ਼ ਕੀਤੀ ਜਾਏਗੀ ਕਿ ਵਿਸਫੋਟ ਆਕਰ ਕਿਉਂ ਹੋਇਆ ਸਪੋਰਟਮ ਆ ਵਗੈਰਾ ਸਾਰੀਆਂ ਆਈਆਂ ਹੋਈਆਂ ਤੁਸੀਂ ਦੇਖ ਲਈਓ ਚੈੱਕ ਕਰ ਲਈਓ ਸਾਰੀ ਖਬਰ ਵੀ ਆਈ ਹੈ